ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਪੂਰਥਲਾ ਅਨਾਜ ਮੰਡੀ ਦਾ ਦੌਰਾ ਕਰਦਿਆਂ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਇਸ ਖਰੀਦ ਸੀਜ਼ਨ ਦੇ ਦੌਰਾਨ ਸੂਬੇ ਦੀਆਂ ਮੰਡੀਆਂ ਦੇ ਵਿੱਚ ਲਗਭਗ 8 ਲੱਖ ਕਿਸਾਨਾਂ ਦੀ ਹੋਣ ਵਾਲੀ ਸੰਭਾਵਿਤ ਆਮਦਨ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ 1854 ਖਰੀਦ ਕੇਂਦਰ ਬਣਾਏ ਗਏ ਨੇ ਅਤੇ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਆਪਣੀ ਜਿਨਸ ਵੇਚਣ ਲਈ ਲਿਆ ਰਹੇ ਕਿਸਾਨਾਂ ਦੀ ਹਰ ਸਹੂਲਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਖਾਸ ਗੱਲ ਇਹ ਵੀ ਹੈ ਕਿ ਜਿੱਥੇ ਕਿਸਾਨਾਂ ਦੇ ਦੁਆਰਾ ਲਿਆਂਦੀ ਫਸਲ ਦੀ ਨਾਲੋ ਨਾਲ ਖਰੀਦ ਕਰਕੇ ਮੰਡੀਆਂ ਦੇ ਵਿੱਚ ਚੁਕਾਈ ਕੀਤੀ ਜਾ ਰਹੀ ਹੈ ਉੱਥੇ ਹੀ ਖਰੀਦੀ ਫਸਲ ਦੀ ਅਦਾਇਗੀ ਵੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਹੁਣ ਤੱਕ ਕਿਸਾਨਾਂ ਨੂੰ ਖਰੀਦੀ ਫਸਲ ਦੀ ਲਗਭਗ 1500 ਕਰੋੜ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ ਕੀਤੇ ਗਏ ਐਲਾਨ ਦੇ ਮੁਤਾਬਿਕ ਕਿਸਾਨਾਂ ਨੂੰ ਖਰੀਦੀ ਫਸਲ ਦੀ 24 ਘੰਟਿਆਂ ਦੇ ਅੰਦਰ ਹੀ ਅਦਾਇਗੀ ਹੋ ਰਹੀ ਹੈ। ਦੇਖੋ, ਪੰਜਾਬ ਖੇਤੀਬਾੜੀ ਪ੍ਰਧਾਨ ਸਾਡਾ ਸੂਬਾ ਔਰ ਕੇਂਦਰੀ ਪੂਲ ਦੇ ਅੰਦਰ ਪੰਜਾਬ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਸ ਵਾਰ ਵੀ 182 ਲੱਖ ਮੀਟਰਿਕ ਟਨ ਦਾ ਪੰਜਾਬ ਨੂੰ ਟਾਰਗੇਟ ਮਿਲਿਆ। ਸੋ ਪੰਜਾਬ ਦੇ ਅੰਦਰ ਦੋਨੋਂ ਜਿਹੜੇ ਸੀਜ਼ਨ ਨੇ, ਕਣਕ ਔਰ ਝੋਨੇ ਦਾ, ਇਹ ਪੰਜਾਬ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਆ। ਇਹਦੇ ਨਾਲ ਕਰੋੜਾਂ ਲੋਕ ਜੁੜੇ ਆ, ਕਰੋੜਾਂ ਪੰਜਾਬੀ ਜੁੜੇ ਆ। ਨਾ ਕੇਵਲ ਕਿਸਾਨ ਤਾਂ ਜੁੜਿਆ ਹੀ ਹੈ, ਪਰ ਇਹਦੇ ਨਾਲ ਦੀ ਨਾਲ ਆੜ੍ਹਤੀ ਵੀ, ਮਿਲਰਸ ਵੀ ਔਰ ਮਜ਼ਦੂਰ ਵੀ, ਮਤਲਬ ਇਹ ਸੀਜ਼ਨ ਦੇ ਉੱਤੇ ਬੜੀਆਂ ਆਸਾਂ ਤੇ ਉਮੀਦਾਂ ਰੱਖਦੇ ਆ। ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਪ੍ਰਬੰਧ ਇਸ ਸੀਜ਼ਨ ਨੂੰ ਲੈ ਕੇ ਕੀਤੇ ਗਏ ਆ, ਉਹਦਾ ਜਾਇਜ਼ਾ ਲੈਣ ਦੇ ਲਈ ਮੈਂ ਅੱਜ ਪਹਿਲੋਂ ਤਰਨ ਤਾਰਨ ਮੰਡੀ 'ਚ ਗਏ ਹਾਂ, ਫਿਰ ਉਸ ਤੋਂ ਬਾਅਦ ਸ੍ਰੀ ਆਪਣਾ ਗੋਇੰਦਵਾਲ ਸਾਹਿਬ ਜਾ ਕੇ ਆਇਆ ਔਰ ਹੁਣ ਮੈਂ ਕਪੂਰਥਲਾ ਦੀ ਮਤਲਬ ਮੇਜਰ ਮੰਡੀ ਦੇ ਵਿੱਚ ਆਇਆ, ਮੇਨ ਮੰਡੀ ਦੇ ਵਿੱਚ। ਸੋ ਲਗਾਤਾਰ ਡੇ ਬਾਈ ਡੇ ਜਿਹੜਾ ਝੋਨੇ ਦੀ ਖਰੀਦ ਦਾ ਸੀਜ਼ਨ ਹੈਗਾ ਉਹ ਪੀਕ ਤੇ ਜਾ ਰਿਹਾ। ਸੋ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ। ਲਗਭਗ 8 ਲੱਖ ਤੋਂ ਉੱਪਰ ਕਿਸਾਨ ਇਹਨਾਂ ਦਿਨਾਂ 'ਚ ਮੰਡੀ 'ਚ ਆਪਣੀ ਫਸਲ ਲੈ ਕੇ ਆਉਂਦਾ ਤੇ 1854 ਮੰਡੀਆਂ ਦਾ ਪੰਜਾਬ ਦੇ ਵਿੱਚ ਅਸੀਂ ਇੰਤਜ਼ਾਮ ਕੀਤਾ, ਜਿਹਨਾਂ ਨੂੰ ਖਰੀਦ ਕੇਂਦਰ ਦੇ ਰੂਪ ਦੇ ਵਿੱਚ ਅਸੀਂ ਕਹਿੰਦੇ ਹਾਂ। ਸੋ ਹੁਣ ਤੱਕ ਜਿਹੜਾ ਝੋਨਾ ਮੰਡੀਆਂ 'ਚ ਆਇਆ ਉਹ 45 ਲੱਖ ਮੀਟਰਿਕ ਟਨ ਪਹੁੰਚਿਆ ਵੱਖ ਵੱਖ ਥਾਵਾਂ ਤੋਂ। ਤੇ ਚੰਗੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ 43.5 ਲੱਖ ਮੀਟਰਿਕ ਟਨ ਜਿਹੜਾ ਹੈ ਉਹ ਮੰਡੀ 'ਚੋਂ ਖਰੀਦ ਚੁੱਕੇ ਹਾਂ, ਭਾਵ 95% ਦੇ ਲਗਭਗ। ਸੋ ਕਿਸਾਨ ਖੁਸ਼ੀ ਨਾਲ ਆ ਰਿਹਾ, ਖੁਸ਼ੀ ਨਾਲ ਵਾਪਸ ਜਾ ਰਿਹਾ। ਜਿਹੜਾ ਪਹਿਲਾ ਇੱਕ ਸਾਡੇ ਰਵਾਇਤ ਰਹੀ ਹੈ, ਆਮ ਸਾਡੇ ਘਰਾਂ 'ਚ ਗੱਲਾਂ ਹੁੰਦੀਆਂ ਸੀਗੀਆਂ ਵੀ ਹੁਣ ਝੋਨੇ ਦਾ ਸੀਜ਼ਨ ਆ ਗਿਆ ਤੇ ਇੱਕ ਚੀਜ਼ ਦੀ ਪੱਕੀ ਤਿਆਰੀ ਕਰਾ ਦਿਓ, ਡਿਊਟੀ ਲਾ ਦਿਓ ਵੀ ਮੰਡੀ 'ਚ ਹਫ਼ਤੇ ਭਰ ਦੀ ਸੋਨੇ ਪੈਣਾ। ਪੂਰੋ ਦਿਨ ਚਲੇ ਗਏ ਲਗਾਤਾਰ, ਕਿਸਾਨ ਜੇ ਸਵੇਰੇ ਆਉਂਦਾ ਤੇ ਸ਼ਾਮ ਨੂੰ ਵਿਹਲੇ ਕਰ ਦਿੱਤਾ ਜਾਂਦਾ, ਜੇ ਸ਼ਾਮ ਨੂੰ ਮੰਡੀ 'ਚ ਆਉਂਦਾ ਤੇ ਸਵੇਰ ਨੂੰ ਵਿਹਲੇ ਕਰ ਦਿੱਤਾ ਜਾਂਦਾ। ਉਹ ਲਗਾਤਾਰ ਪੈਸਾ ਵੀ 6 ਕਰੋੜ ਰੁਪਈਆ ਉਹਦੇ ਖਾਤੇ ਦੇ ਵਿੱਚ ਜਿਹੜੀ ਬਣਦੀ ਰਕਮ ਹੈ ਉਹ ਮਤਲਬ ਹੁਣ ਤੱਕ ਚਲੇ ਗਈ ਆ। ਤੋ ਕਿਸਾਨ ਦੀਆਂ 2 ਚਿੰਤਾਵਾਂ ਹੁੰਦੀਆਂ ਨੇ ਮੰਡੀ ਨੂੰ ਲੈ ਕੇ ਹਰ ਵਾਰ। ਪਹਿਲੀ ਤਾਂ ਉਹ ਸੋਚਦਾ ਕਿ ਮੇਰੀ ਜਿਹੜੀ ਧੀਆਂ ਪੁੱਤਾਂ ਵਾਂਗ ਪਾਲੀ ਫਸਲ ਹੈ ਉਹ ਟਾਈਮ ਸਿਰ ਚੱਕੀ ਜਾਵੇ ਮੰਡੀ 'ਚੋਂ, ਉਹਨੂੰ ਉੱਥੇ ਜ਼ਿਆਦਾ ਦਿਨ ਨਾ ਗੁਜ਼ਾਰਨੇ ਪੈਣ, ਤੇ ਦੂਜੀ ਉਹਦੀ ਨਾਲ ਹੀ ਲੋੜ ਹੁੰਦੀ ਹੈ ਵੀ ਵੇਚੀ ਗਈ ਫਸਲ ਦਾ ਮੈਨੂੰ ਟਾਈਮ ਸਿਰ ਜਿਹੜਾ ਉਹ ਮੇਰੀ ਮੁਆਵਜ਼ਾ ਮਿਲ ਜਾਵੇ, ਮੇਰਾ ਉਹ ਪੈਸਾ ਮਿਲ ਜਾਵੇ ਤਾਂ ਜੋ ਅਗਲੀਆਂ ਫਸਲਾਂ ਦੀ ਉਹ ਤਿਆਰੀ ਸਹੀ ਸਮੇਂ ਤੇ ਕਰ ਸਕਣ। ਸੋ ਦੋਨੇ ਹੀ ਗੱਲਾਂ ਬਹੁਤ ਸਮੂਥਲੀ ਚੱਲ ਰਹੀਆਂ ਨੇ ਤੇ ਲਗਭਗ 20 ਲੱਖ ਟਨ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ 'ਚੋਂ ਲਿਫਟਿੰਗ ਵੀ ਜਿਹੜੀ ਉਹ ਕੀਤੀ ਜਾ ਚੁੱਕੀ ਆ। ਸੋ ਮੈਨੂੰ ਖੁਸ਼ੀ ਅੱਜ ਮੈਂ ਕਪੂਰਥਲਾ ਮੰਡੀ 'ਚ ਆਇਆ ਔਰ ਬੜੇ ਅੱਛੇ ਪ੍ਰਬੰਧ ਨੇ ਇੱਕ ਵੀ ਮੰਡੀ 'ਚੋਂ। ਮੈਂ ਕਿਹਾ ਕਿ ਦਾਣਾ ਦਾਣਾ ਚੱਕ ਹੋਊਗਾ, ਜ਼ਿਮੀਦਾਰ ਵੇਚ ਕੇ ਉਸਨੇ ਘਰੇ ਜਾਊਗਾ, 17 ਤੋਂ ਵੱਧ ਵੀ ਮੋਸਟਰ ਹੈਗਾ ਖਰੀਦ ਹੋਊਗੀ। ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ, ਸਾਰਾ ਦਿਨ ਬੈਠ ਕੇ ਜਾ ਰਹੇ ਆ, ਕੋਈ ਹਾਲਾਤ ਨਹੀਂ ਬਦਲੇ, ਉਹੀ ਹਾਲਾਤ ਆ ਜਿਹੜੇ। ਬਿਲਕੁਲ ਬਿਲਕੁਲ ਨਹੀਂ ਹੈ ਗੱਲ, ਤੁਸੀਂ ਨਿਰਾਸ਼ ਹੋ ਤੇ ਸੁਣੋ ਸੁਣੋ ਮੇਰੀ ਵੇਚ ਹੋ ਰਿਹਾ ਪਰ ਦੇਖੋ ਹਾਲਾਤ ਉਸੇ ਤਰ੍ਹਾਂ ਦੇ। ਮੇਰੀ ਗੱਲ ਸੁਣੋ, ਮੈਂ ਪੰਜਾਬ ਦੇ 17ਵੇਂ ਜ਼ਿਲ੍ਹੇ 'ਚ ਅੱਜ ਆਇਆ, ਠੀਕ ਹੈ ਜੀ, ਔਰ ਮੈਂ ਅਧਿਕਾਰੀ ਸਵਾਨਾਂ ਤੋਂ ਰਿਪੋਰਟ ਵੀ ਲੈਣਾ, ਮੈਂ ਕਰਾ ਚੈਕਿੰਗ ਵੀ ਕਰਦਾ। ਤੁਸੀਂ ਦੇਖਿਆ ਹੋਊਗਾ ਮੈਂ ਇਕੱਲੇ ਮਜ਼ਦੂਰਾਂ ਨੂੰ ਜਾ ਕੇ ਮਿਲਦਾ, ਕਿਸਾਨਾਂ ਨੂੰ ਖੁਦ ਮਿਲਦਾ। ਮੈਂ ਆਵਾਜ਼ ਦੇ ਕੇ ਅੱਜ ਵੀ ਕਪੂਰਥਲਾ ਮੰਡੀ 'ਚ ਗਿਆ ਵੀ ਕੋਈ ਦਿੱਕਤ ਹੈ ਪ੍ਰੋਕਿਓਰਮੈਂਟ ਨੂੰ ਲੈ ਕੇ, ਔਰ ਪ੍ਰੋਕਿਓਰਮੈਂਟ ਨੂੰ ਲੈ ਕੇ ਦਿੱਕਤ ਕੋਈ ਨਹੀਂ ਹੈ। ਹਾਂ, ਇਹ ਸੀਜ਼ਨ ਬਹੁਤ ਵੱਡਾ ਹੁੰਦਾ ਹੈ ਪੰਜਾਬ ਦਾ, ਮਤਲਬ ਬੱਚਾ ਸੀਜ਼ਨ ਨਾਲ ਜੁੜਿਆ, ਇਹਦੇ ਕੋਈ ਮਾੜੀ ਮੋਟੀ ਕੋਈ ਕਮਜ਼ੋਰੀ ਰਹਿ ਸਕਦੀ ਹੈ, ਪਰ ਜਿਹੜੀ ਸਾਡੀ ਕਮਿਟਮੈਂਟ ਹੈਗੀ ਆ ਪੰਜਾਬ ਦੇ ਕਿਸਾਨਾਂ ਨਾਲ,
ਦਾਣਾ ਚੱਕਾਂਗੇ ਭਾਵੇਂ ਮੋਚਰ ਜਿਸ ਪੱਧਰ ਦਾ ਵੀ ਹੋਵੇ ਇਹ ਸਾਡਾ ਵਾਅਦਾ ਹੈ ਤੇ ਇਸ ਵਾਅਦੇ ਤੇ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਨਹੀਂ ਸਰਕਾਰ ਵਾਲੇ ਜਿਹੜੇ ਆਨਲਾਈਨ ਸਮੇਂ ਦੇ ਵਿੱਚ ਟੋਲ ਪਲਾਜ਼ਾ ਦੇ ਉੱਤੇ ਧਰਨਾ ਲਾਣ ਜਾ ਰਹੇ ਕੀ ਕਹਣਗੇ ਹਾਂਜੀ ਕਿਸਾਨ ਯੂਨੀਅਨ ਆਨਲਾਈਨ ਸਮੇਂ ਦੇ ਵਿੱਚ ਪੰਜਾਬ ਚ ਟੋਲ ਪਲਾਜ਼ਾ ਦੇ ਧਰਨੇ ਲਾਣ ਜਾ ਰਹੇ ਕੀ ਕਹਣਗੇ ਜੀ ਮੇਰੇ ਨੋਟ ਵਿੱਚ ਨਹੀਂ ਆ ਰਿਹਾ ਸਰ ਅਕਾਲੀ ਦਲ ਵਾਲਾ ਜਿਹੜਾ ਕੀ ਤੁਸੀਂ ਗੱਲ ਕਰਦੇ ਹੋ ਕੋਈ ਰਹਿਣ ਦਾ ਪ੍ਰੋਗਰਾਮ ਇੱਥੇ ਹਾਂਜੀ ਕੋਈ ਰਹਿਣ ਵਾਸਤੇ ਕੋਈ ਸੁਵਿਧਾ ਉਪਲਬਧ ਨਹੀਂ ਹੈ ਕਪੂਰਥਲਾ ਦੇ ਇੱਕ ਖੰਨੇ ਤੋਂ ਦੂਸਰਾ ਨੰਬਰ ਏਸ਼ੀਆ ਮੰਡੀ ਇਹ ਵੀ ਕਿਹਨੂੰ ਨਹੀਂ ਸੁਵਿਧਾ ਕਪੂਰਥਲਾ ਮੰਡੀ फसल चकी जाए टाइम सर भुगतान हो ਬਾਕੀ ਗੱਲਾਂ ਸਹਿਜ ਸਹਿਜ ਜੇ ਕਿਤੇ ਕੋਈ ਕਮਜ਼ੋਰੀ ਦੂਰ ਵੀ ਕਰਾਂਗੇ ਸਾਡੀ ਜੁਰੀ ਸਾਹਿਬ ਤੁਸੀਂ ਗੱਲ ਕੀਤੀ ਸ਼ਾਇਰ ਮਾਰਕਾ ਦੀ ਹੜਤਾਲ ਦੇ ਸੀ ਇਸ ਵਿੱਚ 45 ਰਾਈਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀ ਭੂਮਿਕਾ ਰਹੀ ਹੈ ਦੇਖੋ ਬੜੀ ਕਲੀਅਰ ਗੱਲ ਹੈ 45 ਦਾ ਜਿਹੜਾ ਇਸ਼ੂ ਹੈਗਾ ਐਫਟੀਆਰ ਦਾ ਇਹ ਐਫਸੀ ਨਾਲ ਐਫਸੀਆਈ ਨਾਲ ਜੁੜਿਆ ਇਹ ਕੇਂਦਰ ਸਰਕਾਰ ਨਾਲ ਜੁੜਿਆ ਸਵਾਲ ਹੈਗਾ ਜਿਹਦੇ ਸਵਾਲ ਦੇ ਉੱਤੇ ਸਾਡੇ ਮਿਲਰਸ ਨੇ ਪਿਛਲੇ ਦਿਨਾਂ ਤੋਂ ਸਟ੍ਰਾਈਕ ਵੀ ਕੀਤੀ ਹੈ ਮੈਂ 3 ਦਿਨ ਪਹਿਲਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਏਜੰਡਾ ਆਇਆ ਸੀਗਾ ਉਸ ਏਜੰਡੇ ਨੂੰ ਸਮਝਿਆ ਉਹ ਸਾਡੇ ਤੋਂ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਤੋਂ ਵੀ ਕੇਂਦਰ ਦੇ ਨਾਲ ਐਫਸੀਆਈ ਨਾਲ ਗੱਲ ਕੀਤੀ ਜਾਵੇ ਸਾਡੇ ਸਵਾਲਾਂ ਦੇ ਸੋ ਅਸੀਂ ਉਹਨਾਂ ਨਾਲ ਮੀਟਰ ਕਰਕੇ ਤਾਂ ਕੀਤਾ ਵੀ ਆਉਣ ਵਾਲੇ ਦਿਨਾਂ 'ਚ ਇਹਦੇ ਉੱਤੇ ਅਸੀਂ ਜਿਹੜਾ ਐਫਸੀਆਈ ਨਾਲ ਗੱਲਬਾਤ ਕਰਾਂਗੇ ਸਰ ਅਕਾਲੀ ਦਲ ਵੱਲੋਂ ਜਿਹੜਾ ਤਸਵੀਰ ਬਾਦਲ ਵੱਲੋਂ ਤੁਹਾਡੀ ਸਰਕਾਰ ਦੇ ਉੱਤੇ ਮੰਡੀਆਂ ਨੂੰ ਲੈ ਕੇ ਜਿਹੜੇ ਸਵਾਲੀ ਨਿਸ਼ਾਨ ਲਗਾਏ ਜਾ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹ ਸਵਾਲੀਆਂ ਨਿਸ਼ਾਨ ਦੱਸੋ ਕਿਹੜੇ ਆ ਸਰ ਜਿਹੜਾ ਕਿ ਕਹਿ ਰਹੇ ਕਿ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਮੰਡੀਆਂ 'ਚ ਮੰਡੀਆਂ ਜਾ ਕੇ ਲਾਈਵ ਦਿਖਾਇਆ ਉਹਨਾਂ ਨੇ ਦਿਖਾਇਆ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਿ ਜਿਹੜੇ ਸਰਕਾਰ ਦੇ ਉੱਤੇ ਸਵਾਲੀ ਨਿਸ਼ਾਨ ਮੈਂ ਗ੍ਰਾਸ ਰੂਟ ਤੇ ਖੜਾ ਤੁਹਾਡੇ ਸਾਹਮਣੇ ਔਰ ਮੇਰੇ ਖਿਆਲ ਪੰਜਾਬ ਦੇ ਇਤਿਹਾਸ 'ਚ ਜੋ ਮੈਨੂੰ ਫੀਡਬੈਕ ਹੈ ਜੋ ਪਹਿਲਾ ਮੰਤਰੀ ਹੋਊਗਾ ਜਿਹੜਾ 18-18, 19-20 ਜ਼ਿਲ੍ਹਿਆਂ 'ਚ ਜਾ ਕੇ ਲੋਕਾਂ ਨੂੰ ਮਿਲ ਰਿਹਾ ਲੋਕਾਂ ਨਾਲ ਗੱਲਬਾਤ ਕਰ ਰਿਹਾ ਮੈਂ ਵੀ ਗ੍ਰਾਸ ਰੂਟ ਦੇ ਕੰਮ ਕਰ ਰਿਹਾ ਮੈਂ ਤੁਹਾਡੀ ਕਪੂਰਥਲਾ ਮੰਡੀ ਦੇ ਕਿਸਾਨਾਂ ਨੂੰ ਪੁੱਛਿਆ ਹੁਣ ਮੈਂ ਗੋਇੰਦਵਾਲ ਸਾਹਿਬ ਪੁੱਛ ਕੇ ਆਇਆ ਉਹ ਤੋਂ ਪਹਿਲਾਂ ਤਰਨ ਤਾਰਨ ਪੁੱਛ ਕੇ ਆਇਆ ਪ੍ਰੋਕਿਓਰਮੈਂਟ ਨੂੰ ਲੈ ਕੇ ਪੰਜਾਬ ਦੀ ਮੰਡੀ 'ਚ ਕਿਤੇ ਵੀ ਕਿਸਾਨ ਦੀ ਰਿਜੈਂਟਮੈਂਟ ਨਹੀਂ ਪਰ ਸਵੇਰੇ ਝੋਨਾ ਜਦੋਂ ਜ਼ਿਮੀਦਾਰ ਲੈ ਕੇ ਆਉਂਦਾ ਸਵੇਰੇ ਫੋਨ ਦਿੰਦੇ ਆ ਚਾਹੇ ਸੁੱਕਾ ਹੋਵੇ ਫੋਨ ਲੈ ਕੇ ਇੱਕ ਮੈਂ ਜਨਰਲੀ ਅਪੀਲ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਦੋ ਮੇਰੀਆਂ ਅਪੀਲਾਂ ਨੇ ਹੰਬਲ ਰਿਕੁਐਸਟ ਹੈ ਮੇਰੀ ਉਹਨਾਂ ਨੂੰ ਇੱਕ ਤਾਂ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਆਪਾਂ ਸਾਰਿਆਂ ਨੇ ਇਸੇ ਵਾਤਾਵਰਨ 'ਚ ਸਾਹ ਲੈਣਾ ਦੂਸਰੀ ਮੇਰੀ ਬੇਨਤੀ ਹੈ ਵੀ ਕਾਹਲੀ ਨਾ ਕੀਤੀ ਜਾਵੇ ਫਸਲ ਨੂੰ ਸਵਾਰ ਕੇ ਥੋੜ੍ਹਾ ਜਿਹਾ ਮੰਡੀ 'ਚ ਲੈ ਕੇ ਆਉਣ ਤਾਂ ਜੋ ਇੱਥੇ ਉਹਨਾਂ ਦਾ ਸਮਾਂ ਵੇਸਟ ਨਾ ਹੋਵੇ ਸਾਡੇ ਵੱਲੋਂ ਉਹਨਾਂ ਨੂੰ ਗਰੰਟੀ ਹੈ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਜਾਏਗਾ ਜਿਹੜੇ ਅਕਾਲੀ ਦਲ ਦੇ ਆਗੂ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਇੱਕ ਹੋਰ ਮਿਨਿਸਟਰ ਦੀ ਵੀਡੀਓ ਆ ਗਈ ਆ ਮੈਂ ਥੋੜੇ ਦਿਨਾਂ 'ਚ ਨਸ਼ਰ ਕਰ ਦੂੰਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਕਾਂਗਰਸ ਦੀ ਜ਼ਮੀਨ ਕਿਸ ਕੀ ਪਈ ਹੈ ਸੋ ਜਿਸ ਸੈਂਟੀਫਿਕ ਵੇ ਦੇ ਨਾਲ ਜਿਸ ਨਰਸਿਕ ਢੰਗ ਦੇ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੰਮ ਕਰ ਰਹੇ ਆ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਇਸ ਕਿਸਮ ਦੀ ਸਰਕਾਰ ਜਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਜਿਹੜਾ 16-16 ਘੰਟੇ ਕੰਮ ਕਰਦਾ ਸੋ ਕੌਣ ਕੀ ਕਹਿ ਰਿਹਾ ਇਹ ਉਹਨਾਂ ਦੀ ਆਪਣੀ ਡਿਊਟੀ ਹੈਗੀ ਆ ਆਪਣਾ ਉਹਨਾਂ ਦਾ ਖਿਲਾਕ ਆ ਆਪਣੀ ਉਹਨਾਂ ਦੀ ਮਾਲ ਲੁੱਟੀ ਉਹ ਕਹਿੰਦੇ ਆ ਪਰ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਕਪੂਰਥਲਾ ਤੋਂ ਰਿਪੋਰਟ ਐਸ 7 ਨਿਊਜ਼